ਸਾਡੇ ਜ਼ਿਲ੍ਹਾ ਪ੍ਰਧਾਨ ਮੈਡਮ ਕਰਮਜੀਤ ਕੌਰ ਜੀ ਸਾਡੇ ਵਿੱਚ ਆ ਗਏ ਨੇ, ਉਹਨਾਂ ਦਾ ਬਹੁਤ ਆਸ਼ੀਰਵਾਦ ਹੈ। ਸਾਡੇ ਐਮ ਪੀ ਸਾਹਿਬਾਨ ਕੈਂਡੀਡੇਟ ਸਾਹਿਬਾਨ ਡਾਕਟਰ ਰਾਜਕੁਮਾਰ ਚੰਬੇਲ ਦਾ ਅੱਜ ਨੋਮੀਨੇਸ਼ਨ ਹੋ ਰਿਹਾ ਅਤੇ ਲੋਕਾਂ 'ਚ ਬੜਾ ਉਤਸ਼ਾਹ ਹੈ। ਸਾਰੇ ਦੇ ਸਾਰੇ ਦੋ ਹਲਕਿਆਂ 'ਚ ਸਾਡੇ ਵਰਕਰ ਵਲੰਟੀਅਰ ਸਪੋਰਟਰ ਸਾਰੇ ਪਹੁੰਚ ਰਹੇ ਨੇ ਅਤੇ ਮੈਂ ਸਮਝਦਾ ਕਿ ਇਹ ਜਿੱਤ ਯਕੀਨੀ ਹੈ, ਬਸ ਐਲਾਨ ਹੋਣਾ ਬਾਕੀ ਆ। ਅਤੇ ਅਸੀਂ ਬੇਨਤੀ ਵੀ ਕਰਦਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦਿਓ। ਜਿਹੜੇ 13-0 ਦਾ ਸੁਨੇਹਾ ਲੱਗਿਆ ਡਾਕਟਰ ਸੀ ਐੱਮ ਸਾਹਿਬ ਵੱਲੋਂ ਕਿ ਅਸੀਂ 13-13 ਐਮ ਪੀ ਜਿੱਤਾ ਕੇ ਅਸੀਂ ਲੋਕ ਸਭਾ 'ਚ ਭੇਜਣੇ ਹਾਂ, ਜਿਹੜੇ ਕਿ ਪੰਜਾਬ ਦੇ ਹੱਕ ਦੀ ਗੱਲ ਕਰਨ। ਜਿਹੜਾ ਸਾਡਾ ਫੰਡ ਰੋਕਿਆ ਹੈ ਮੋਦੀ ਸਾਹਿਬ ਨੇ, ਉਹ ਅਸੀਂ ਜਲਦ ਅਸੀਂ ਵਾਪਸ ਲੈ ਕੇ ਆਵਾਂਗੇ। ਸੋ ਇੰਨੀਆਂ ਬੇਨਤੀਆਂ ਕਬੂਲ ਕਰਨੀਆਂ ਅਤੇ ਮੈਂ ਅਸੀਂ ਅਰਦਾਸ ਕਰਦੇ ਗੁਰੂ ਮਹਾਰਾਜ ਅੱਗੇ ਜੋ ਮਾਨਸਾ ਦਾ ਸੁਪਨਾ ਸੀ ਬਥੇਰਾ ਦੇ, ਉਹਨੂੰ ਆਪਾਂ ਪੂਰਾ ਕਰੀਏ। ਧੰਨਵਾਦ। ਆਮ ਆਦਮੀ ਪਾਰਟੀ ਅੱਜ ਡਾਕਟਰ ਰਾਜਕੁਮਾਰ ਜੀ ਚੱਬੇਵਾਲ ਨੇ ਹੁਸ਼ਿਆਰਪੁਰ ਤੋਂ ਆਪਣੇ ਕਾਗਜ਼ ਨਾਮਜ਼ਦਗੀ ਭਰੀ ਆ
ਪੂਰੇ ਸ਼ਹਿਰ ਦੇ ਵਿੱਚ ਇੱਕ ਤਿਉਹਾਰ ਵਰਗਾ ਅੱਜ ਮੌਸਮ ਸੀਗਾ। ਇੰਝ ਲੱਗਦਾ ਸੀ ਕਿ ਲੋਕ ਕੋਈ ਤਿਉਹਾਰ ਮਨਾ ਰਹੇ ਨੇ। ਸਾਰੇ ਪਾਸੇ ਲੋਕਾਂ ਦਾ ਬਹੁਤ ਵੱਡਾ ਹਜੂਮ ਡਾਕਟਰ ਰਾਜ ਜੀ ਦੇ ਨਾਲ ਪੈਦਲ ਤੁਰ ਰਿਹਾ ਸੀ ਔਰ ਗੱਡੀਆਂ ਦੇ ਵਿੱਚ ਜਾ ਕੇ ਸਾਰੇ ਉਹ ਖੁਸ਼ੀ ਭਰੇ ਅੰਦਾਜ਼ ਦੇ ਵਿੱਚ ਨਾਅਰੇ ਲਾ ਕੇ ਉਹ ਮਤਲਬ ਅੱਜ ਅਸੀਂ ਨਾਮਜ਼ਦਗੀ ਭਰੀ ਆ। ਔਰ ਮੈਂ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਦੋਂ ਲੋਕ ਕਿਸੇ ਨੂੰ ਤਾਕਤ ਦਿੰਦੇ ਆ ਅਤੇ ਕਈ ਲੋਕ ਉਹ ਤਾਕਤ ਦਾ ਗਲਤ ਇਸਤੇਮਾਲ ਕਰਦੇ ਆ, ਪਰ ਆਮ ਆਦਮੀ ਪਾਰਟੀ ਨੇ 2.5 ਸਾਲ ਤੋਂ ਆਪਣੀ ਤਾਕਤ ਦਾ ਬਹੁਤ ਸਹੀ ਇਸਤੇਮਾਲ ਕੀਤਾ। ਲੋਕਾਂ ਨੂੰ ਭਾਵੇਂ ਉਹ ਭਗਵੰਤ ਮਾਨ ਸਾਹਿਬ ਦਿਨ ਹਰ ਦਿਨ ਕੋਈ ਨਾ ਕੋਈ ਵੱਡੀ ਸਹੂਲਤ ਦੇ ਕੇ ਨਿਵਾਜਦੇ ਰਹੇ ਆ ਔਰ 43,000 ਜਿੱਥੇ ਨੌਕਰੀਆਂ ਦਿੱਤੀਆਂ ਉੱਥੇ ਨਹਿਰੀ ਪਾਣੀ ਦੀ ਗੱਲ ਕਰੀਏ, ਹਰੇਕ ਸੂਏ ਦੇ ਵਿੱਚ ਕੱਚੇ ਸੂਇਆਂ ਦੇ ਵਿੱਚ ਪਾਣੀ ਨਹਿਰੀ ਚਲਾ ਦਿੱਤਾ ਗਿਆ ਤਾਂ ਕਿ ਧਰਤੀ ਦਾ ਜਿਹੜਾ ਪਾਣੀ ਉਹ ਬਚਿਆ ਰਹੇ। ਬਹੁਤ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਕਿ ਆਪਾਂ ਦੱਸਣੀਆਂ ਵੀ ਉਹ ਸਮਰੱਥ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪਣਾ ਮਨ ਬਣਾ ਚੁੱਕੇ ਆ, ਉਹ ਆਮ ਆਦਮੀ ਪਾਰਟੀ ਨੂੰ ਆਪਣੀ ਵੋਟ ਦੇ ਕੇ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਦੇਣਗੇ। ਮੈਂ ਡਾਕਟਰ ਰਾਜ ਨੂੰ ਜਿੱਥੇ ਵਧਾਈ ਵੀ ਦਿੰਦਾ, ਉੱਥੇ ਮੈਂ ਆਪਣੇ ਸਾਰੇ ਵਰਕਰਾਂ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਤੌਰ ਜੁਆਇੰਟ ਸਕੱਤਰ ਪੰਜਾਬ ਇਹ ਕਹਿਣਾ ਵੀ ਚਾਹੁੰਦਾ ਵੀ ਆਪਾਂ ਜਿੱਤ ਸਾਡੀ ਪੱਕੀ ਆ, ਪਰ ਸਾਡੀ ਸਾਨੂੰ ਮਿਹਨਤ ਵੀ ਸਾਰਿਆਂ ਨੇ ਜ਼ਰੂਰ ਕਰਨੀ ਆ। ਲੋਕਾਂ ਦੇ ਵਿੱਚ ਜਾਣਾ, ਅਸੀਂ 2 ਵਾਰ ਡੋਰ ਟੂ ਡੋਰ ਕਰ ਚੁੱਕੇ ਹਾਂ ਔਰ ਲੋਕਾਂ ਦਾ ਮਜਾਜ ਅਸੀਂ ਜਾਣ ਚੁੱਕੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ MP ਹੀ ਜਿੱਤ ਕੇ ਆਉਣ ਵਾਲੇ ਆ। ਟੱਕਰ ਦੀ ਗੱਲ ਕਰੀਏ, ਮੈਂ ਸਮਝਦਾ ਟੱਕਰ ਹੈ ਹੀ ਕਿਸੇ ਨਾਲ ਨਹੀਂ, ਕਿਉਂਕਿ ਲੋਕਾਂ ਨੇ ਜਿੱਦਾਂ ਪਿਛਲੀ MLA ਵਿਧਾਨ ਸਭਾ ਦੇ ਵਿੱਚ ਸਾਨੂੰ 92 ਸੀਟਾਂ ਦੇ ਨਾਲ ਜਿਤਾ ਕੇ ਔਰ ਦੂਜੀਆਂ ਪਾਰਟੀਆਂ ਦਾ ਹਾਲ ਦੇਖ ਲਓ, ਕਿਸੇ ਨੂੰ 3 ਆਈਆਂ, ਕਿਸੇ ਨੂੰ 2 ਆਈਆਂ। ਸੋ ਇਸ ਵਾਰ ਵੀ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਆਮ ਆਦਮੀ ਪੱਖੀ ਆ। ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ 13 ਦਾ ਸਾਨੂੰ ਨਾਲੇ ਭਗਵੰਤ ਮਾਨ ਸਾਹਿਬ ਨੇ ਮਿਸ਼ਨ ਦਿੱਤਾ 13-0 ਦਾ, ਅਸੀਂ 13 ਦੀਆਂ 13 ਹੀ ਸੀਟਾਂ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ। ਆਤਮਾ ਦੀ ਅਪਾਰ ਕਿਰਪਾ ਸਦਕਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਦੇ ਵਜੋਂ ਪੇਪਰ ਦਾਖਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਔਰ ਇਸ ਦੇ ਲਈ ਮੈਂ ਮਾਨਯੋਗ ਸੁਪਰੀਮੋ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅਤੇ ਜਿੰਨੀ ਵੱਡੀ ਗਿਣਤੀ ਵਿੱਚ ਸਾਡੇ ਸਾਥੀ, ਸਾਡੇ MLA ਸਾਹਿਬਾਨ, ਮੰਤਰੀ ਸਾਹਿਬਾਨ, ਸਾਡੇ ਡਿਸਟ੍ਰਿਕਟ ਇੰਚਾਰਜ, ਸਾਡੇ ਸੰਗਠਨ ਦੇ ਮੈਂਬਰ ਸਾਹਿਬਾਨ, ਵਲੰਟੀਅਰਸ ਅਤੇ ਵੱਖ ਵੱਖ ਦਰਜਾ ਬਦਰਜਾ ਸਾਡੇ ਅਹੁਦੇਦਾਰ ਸਾਹਿਬਾਨ ਅਤੇ ਜਿਸ ਭਾਰੀ ਗਿਣਤੀ ਵਿੱਚ ਹੁਸ਼ਿਆਰਪੁਰ ਦੇ ਲੋਕ ਜਿਸ ਤਰ੍ਹਾਂ ਸ਼ਾਮਿਲ ਹੋਏ, ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਦੇਖ ਕੇ ਲੱਗਦਾ ਹੈ ਕਿ ਇਸ ਵਕਤ ਇਸ ਵਾਰ ਫਿਰ ਇੱਕ ਬਹੁਤ ਵੱਡੀ ਤਬਦੀਲੀ ਵੱਲ ਜਿਹੜਾ ਪੰਜਾਬ ਵੱਧ ਰਿਹਾ ਔਰ 13-0 ਦੇ ਮਾਰਜਨ ਨਾਲ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾ ਰਹੇ ਹਾਂ। ਸੋ ਮੈਂ ਪੂਰਾ ਭਰੋਸਾ ਦਵਾਉਂਦਾ, ਵਿਸ਼ਵਾਸ ਦਵਾਉਂਦਾ ਹੁਸ਼ਿਆਰਪੁਰ ਲੋਕ ਸਭਾ ਦੇ ਹਲਕੇ ਦੇ ਸਾਡੇ ਸਾਥੀਆਂ ਨੂੰ ਕਿ ਜਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਪਹਿਲਾਂ ਸੇਵਾ ਨਿਭਾਉਂਦਾ ਰਿਹਾ, ਉਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਸੇਵਾ ਨਿਭਾਉਂਦਾ ਰਹੂੰਗਾ ਔਰ ਵਿਕਾਸ ਮੇਰਾ ਜਿਹੜਾ ਉਹ ਮੁੱਖ ਏਜੰਡਾ ਰਹੇਗਾ। ਔਰ ਇਸ ਦੇ ਨਾਲ ਨਾਲ ਅੱਜ ਹੋਰ ਪਵਿੱਤਰ ਪਾਵਨ ਦਿਹਾੜਾ ਹੈ ਪਰਸ਼ੂਰਾਮ ਜਯੰਤੀ 'ਤੇ, ਅੱਜ ਮੈਂ ਸਾਰਿਆਂ ਨੂੰ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਸੋ ਉਸ ਤੋਂ ਵੀ ਜਿਹੜੀ ਪੇਪਰ ਫਾਈਲ ਕਰਨ ਤੋਂ ਵੀ ਵੱਡੀ ਖੁਸ਼ਖਬਰੀ ਜਿਹੜੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਹੈ, ਉਹ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ
ਅੰਤਰਿਮ ਜ਼ਮਾਨਤ ਮਿਲਣਾ, ਅੰਤਰਿਮ ਰਾਹਤ ਮਿਲਣਾ, ਇਹ ਇੱਕ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੈ। ਸੋ ਸੁਪਰੀਮ ਕੋਰਟ ਵੱਲੋਂ ਇਹ ਜੋ ਫੈਸਲਾ ਕੀਤਾ ਗਿਆ, ਮੈਂ ਇਸ ਦਾ ਸਵਾਗਤ ਕਰਦਾ ਅਤੇ ਉਹਨਾਂ ਦੇ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ, ਬੱਬਰ ਸ਼ੇਰ ਦੇ ਬਾਹਰ ਆਉਣ ਦੇ ਨਾਲ ਵਾਕਿਆ ਲੋਕ ਸਭਾ ਦੇ ਵਿੱਚ ਬਹੁਤ ਭਾਰੀ ਹਾਜ਼ਰੀ, ਲਗਭਗ 30 ਤੋਂ 35 ਸੀਟਾਂ ਤੋਂ ਵੀ ਜ਼ਿਆਦਾ ਜਿੰਨੀਆਂ ਸੀਟਾਂ ਕੰਟੈਸਟ ਕਰੇਗੀ ਆਮ ਆਦਮੀ ਪਾਰਟੀ, ਉਨੀਆਂ ਸੀਟਾਂ ਜਿੱਤਣ ਜਾ ਰਹੀ ਹੈ। ਸੋ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਸੋ ਪੰਜਾਬ ਨੂੰ ਜਿਹੜੀਆਂ ਪਹਿਲਾਂ ਸਮੱਸਿਆਵਾਂ ਫੇਸ ਆਉਣੀਆਂ, ਦਰਪੇਸ਼ ਆਉਣੀਆਂ, ਉਹ ਨਹੀਂ ਆ